ਪੰਜਾਬ ਦੀਆਂ ਜੇਲ੍ਹਾਂ ਅੰਦਰ ਸੁਰੱਖਿਆ ਦੇ ਪ੍ਰਬੰਧ ਪੁਖਤਾ ਹੋਣ ਦੇ ਲੱਖ ਦਾਅਵੇ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਨੇ ਅਤੇ ਲੁਧਿਆਣਾ ਜੇਲ੍ਹ ਹਿੰਸਾ ਦੇ ਬਾਅਦ ਜੇਲ੍ਹ ਮੰਤਰੀ ਵੱਲੋਂ ਸੁਰੱਖਿਆ ਨੂੰ ਅਪਡੇਟ ਕਰਨ ਦੇ ਬਿਆਨ ਵੀ ਜਾਰੀ ਕੀਤੇ ਗਏ ਅਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਦੀ ਵੀ ਗੱਲ ਕੀਤੀ ਗਈ ਸੀ। ਲੇਕਿਨ ਫਿਰ ਵੀ ਜੇਲ੍ਹ ਅੰਦਰ ਕੈਦੀ ਆਪਣੀ ਮਨਮਾਨੀ ਕਰਦੇ ਹੋਏ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਰਹੇ ਨੇ। ਤਾਜ਼ਾ ਘਟਨਾ ਨਾਭਾ ਦੇ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀ ਹੈ, ਜਿੱਥੇ ਕੁਝ ਕੈਦੀਆਂ ਨੇ ਬੈਰਕ ਨੰਬਰ 3 ਵਿੱਚ ਬੰਦ ਹਵਾਲਾਤੀ ਗੁਰਮੇਲ ਸਿੰਘ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀਆਂ ਅੱਖਾਂ ਸਣੇ ਸਰੀਰ ਦੇ ਕਈ ਅੰਗਾਂ 'ਤੇ ਸੱਟਾਂ ਲੱਗੀਆਂ ਨੇ, ਜਿਸ ਨੂੰ ਗੰਭੀਰ ਹਾਲਤ ਵਿੱਚ ਨਾਭਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਹਵਾਲਾਤੀ ਗੁਰਮੇਲ ਸਿੰਘ ਡਕੈਤੀ ਇੱਕ ਕੇਸ ਦੇ ਟਰਾਇਲ 'ਤੇ ਪਿਛਲੇ 9 ਮਹੀਨਿਆਂ ਤੋਂ ਉਸ ਜੇਲ੍ਹ ਵਿੱਚ ਬੰਦ ਹੈ। ਜ਼ਿਲ੍ਹੇ ਇਲਾਜ ਹਵਾਲਾਤੀ ਗੁਰਮੇਲ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਹਰ ਗੈਰ ਕਾਨੂੰਨੀ ਕੰਮ ਬੜੀ ਆਸਾਨੀ ਨਾਲ ਚੱਲਦਾ ਹੈ। ਗੁਰਮੇਲ ਸਿੰਘ ਦੇ ਮੁਤਾਬਕ 4 ਤੋਂ 5 ਕੈਦੀਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਲੱਗਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਵਿੱਚ ਲਿਆਂਦਾ ਹੈ। 9 ਦਾ ਗੁਰਮੇਲ ਸਿੰਘ ਵੈਸੇ ਉਈ ਕਿਸੇ ਗੱਲ ਨਹੀਂ, ਕੋਈ ਬਾਤ ਨਹੀਂ ਹੈਗੀ, ਨਾ ਕਦੇ ਬੁਲਾਏ ਨੇ ਬੰਦੇ। ਸਿੱਧੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਕਲੀਅਰ ਹੀ ਦੱਸ ਦਿੰਦਾ, ਤੁਹਾਨੂੰ ਸਵਾਲ ਪੁੱਛਣ ਦੀ ਲੋੜ ਹੀ ਨਹੀਂ। ਸਭ ਉੱਥੇ ਰਾਹ ਚੱਲਦਾ ਗੈਂਗ ਸ਼ਟਰਾਂ ਦਾ, ਸਿੱਧੀ ਗੱਲ ਆ, ਪ੍ਰਸ਼ਾਸਨ ਸਾਰਾ ਮਿਲਿਆ ਹੋਇਆ, ਸਾਰਾ ਗੱਲ ਪ੍ਰਸ਼ਾਸਨ ਦੀ ਸਹਿਮਤੀ ਨਾਲ ਹੋ ਰਿਹਾ। ਮੈਨੂੰ 8 ਮਹੀਨੇ ਹੋ ਗਏ ਤਕਰੀਬਨ ਇੱਥੇ, 8 ਮਹੀਨਿਆਂ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਵੀ ਬੰਦੇ ਨੂੰ ਟਾਰਚਰ ਨਹੀਂ, ਉੱਥੇ ਕਿਸੇ ਦੇ ਇੱਕ ਡਾਂਗ ਨਹੀਂ ਮਾਰੀ। ਪ੍ਰਸ਼ਾਸਨ ਜਾ ਕੇ ਉਹਨਾਂ ਨੇ ਮਿੰਨਤਾਂ ਕਰਨ ਲੱਗ ਜਾਂਦਾ, ਕਿਉਂ ਕਰਦਾ, ਸਾਰਾ ਕੁਛ ਉਹਨਾਂ ਕੋਲ ਆਉਂਦਾ। ਜੇ ਸਾਡੀ ਲੱਸੀ ਪਾਣੀ ਆਉਂਦੀ ਆ ਮਾੜੀ ਮੋਟੀ 2 ਮਹੀਨਿਆਂ ਬਾਅਦ, ਉਹ ਬੰਦ ਕਰ ਦਿੰਦੇ ਨੇ। ਕਿਉਂ ਕਰਦੇ ਨੇ? ਸਾਨੂੰ ਬਾਹਰੋਂ ਆਉਣ ਨਹੀਂ ਦਿੰਦੇ, ਉਹਨਾਂ ਨੂੰ VIP ਸਹੂਲਤ ਮਿਲਦੀ ਆ ਅੰਦਰ। ਕਿਉਂ ਮਿਲਦੀ ਆ ਉਹਨਾਂ ਨੂੰ? ਹਰੇਕ ਇੱਕ ਆਮ ਇਨਸਾਨ ਨੂੰ ਅੰਦਰ ਦਬਾਇਆ ਜਾ ਰਿਹਾ, ਸਾਰਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋ ਰਿਹਾ ਸਾਰਾ ਕੁਛ ਅੰਦਰ। ਘੱਟੋ ਘੱਟ 6-7 ਬੰਦੇ ਸੀਗੇ ਉਹ, ਆਹੀ ਬਸ ਲੰਡੀ ਪੁੱਚੀ ਗੈਂਗ ਸ਼ਟਰਾਂ ਦੀ, ਜਿਹੜੇ ਗੈਂਗ ਸ਼ਟਰ ਕਹਾਉਂਦੇ ਨੇ। ਹੈ ਤਾਂ ਲੰਡੀ ਪੁੱਚੀ ਆ, ਕਿਸੇ ਜ਼ਰੂਰਤ ਹੁੰਦੀ ਨਹੀਂ ਹੈਗੀ ਵੀ ਭਾਵੇਂ ਇਕੱਲੇ ਨਾਲ ਇਕੱਲਾ ਆ ਕੇ ਖੜ੍ਹ ਜਾਣ, 20-20 ਬੰਦਿਆਂ ਨੂੰ ਇਕੱਲੇ ਇਕੱਲੇ ਕੁੱਟ ਕੇ ਗੈਂਗ ਸ਼ਟਰ ਬਣੀ ਜਾਂਦੇ ਨੇ ਇਹ ਹੈਗੇ ਨੇ ਉਹ ਨਾਂ ਮੋਟੇ ਨਾਂ ਨੇ, ਇੱਕ ਤਾਂ ਇੱਕ ਕੀ ਆ ਉਹਨਾਂ ਨੂੰ, ਇੱਕ ਤਾਂ ਰੂਪਾ, ਇੱਕ ਨਾਲ ਉਹਦੇ ਸਰਨੀ ਆ, ਅਤੇ ਇੱਕ ਹੈਗਾ ਬਿੱਲਾ, ਅਤੇ ਇੱਕ ਹੈਗਾ ਉਹ ਦੂਸਰਾ ਉਹਦਾ ਕੀ ਨਾਂ ਆ ਯਾਰ, ਸੁੱਖਾ। ਇਹ ਸ਼ਾਮ ਦੀ 6 ਵਜੇ ਦੀ ਘਟਨਾ ਜੀ, ਲਾਜ ਮੈਨੂੰ ਉੱਥੇ ਹਸਪਤਾਲ 'ਚ ਪਾਤਾ। ਹਾਲਾਂਕਿ ਪ੍ਰਸ਼ਾਸਨ ਦਾ ਇਹ ਬਣਦਾ ਵੀ ਤੁਰਤੀ ਮੈਨੂੰ ਐਮਰਜੈਂਸੀ ਉਰੇ ਭੇਜਦੇ, ਮੈਨੂੰ ਕਿਉਂ ਨਹੀਂ ਭੇਜਿਆ ਪ੍ਰਸ਼ਾਸਨ ਨੇ ਉਰੇ? ਹੈ ਵਾਹ, ਮੁੱਕੇ ਕੜਿਆਂ ਨਾਲ ਕਹਿਣ ਦਾ ਭਾਵ, ਹਾਂ ਪ੍ਰਬੰਧ ਵਧੀਆ ਨੇ, ਬਾਕੀ ਮੁਲਾਜ਼ਮ ਉਹ ਠੀਕ ਨੇ, ਸਾਰਿਆਂ ਨਾਲ ਵਧੀਆ ਨੇ, ਪਰ ਲੇਕਿਨ ਇਹਨਾਂ ਦਾ ਗੈਂਗ ਸ਼ਟਰਾਂ 'ਤੇ ਕੰਟਰੋਲ ਨਹੀਂ ਹੈਗਾ। ਉੱਥੇ ਹੈ ਗੈਂਗ ਸ਼ਟਰ ਵੀ ਨਹੀਂ ਹੈਗੇ, ਉਹ ਲੰਡੀ ਪੁੱਚੀ ਗੈਂਗ ਸ਼ਟਰ ਆ, ਕੋਈ ਤਾਖੜੇ ਇਹਨਾਂ 'ਚੋਂ ਗੈਂਗ ਸ਼ਟਰ ਨਹੀਂ ਹੈਗੇ। 4 ਮਾਰਨ ਜੇ ਬੋਲ ਕੇ ਕਹਿ ਦਿਓ ਕੁਛ ਕੇ, ਜਾਂ ਇਕੱਲੇ ਨਾਲ ਇਕੱਲਾ ਆ ਜਾਣ, 20-20 ਬੰਦਿਆਂ ਨੂੰ ਕੁੱਟ ਕੇ ਗੈਂਗ ਸ਼ਟਰ ਬਣਦੇ ਨੇ। ਹੈ ਮੇਰਾ ਤਾਂ ਝੂਠੇ ਕੇਸ ਨੇ, ਮੈਂ ਤਾਂ ਝੂਠੇ ਕੇਸਾਂ 'ਚ ਫਸਾਇਆ ਹੋਇਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਤੋਂ ਡਾਕਟਰ ਪਨੀਤ ਕੌਰ ਨੇ ਦੱਸਿਆ ਕਿ ਜੇਲ੍ਹ ਤੋਂ ਜ਼ਖਮੀ ਹਾਲਾਤ ਵਿੱਚ ਇੱਕ ਹਵਾਲਾਤੀ ਨੂੰ ਲਿਆਂਦਾ ਗਿਆ, ਜਿਸ ਦੇ ਦੱਸਣ ਮੁਤਾਬਕ ਉਸ ਨਾਲ ਕਾਫ਼ੀ ਕੁੱਟਮਾਰ ਹੋਈ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਹਨਾਂ ਦੇ ਦੱਸਣ ਮੁਤਾਬਿਕ ਰਾਤ ਲੜਾਈ ਹੋਈ ਹੈ ਕੈਦੀਆਂ ਦੀ ਆਪਸ 'ਚ, ਅਤੇ ਹੁਣ ਇੱਥੇ ਮੇਰੇ ਕੋਲ ਉਹਨਾਂ ਨੂੰ ਰੈਫਰ ਕੀਤਾ ਜੇਲ੍ਹ ਵਾਲਿਆਂ ਨੇ ਪਰਚਾ ਕਟਾਉਣ ਵਾਸਤੇ, ਅਤੇ ਹੋਰ ਅੱਗੇ ਜਿਹੜੇ ਵੀ ਟ੍ਰੀਟਮੈਂਟ ਹੈਗਾ ਅਤੇ ਅਸੀਂ ਪਰਚਾ ਕੱਟ ਰਹੇ ਹਾਂ ਇਹਨਾਂ ਦਾ, ਬਾਕੀ ਜੋ ਵੀ ਟ੍ਰੀਟਮੈਂਟ ਦੇ ਰਹੇ ਹਾਂ। ਅੱਖਾਂ ਦੀ ਤਾਂ ਪ੍ਰੋਪਰ ਤਾਂ ਆਈ ਸਰਜਨ ਹੀ ਦੱਸਣਗੇ ਇਨਵੈਸਟੀਗੇਸ਼ਨ ਕਰਕੇ, ਜਿੰਨਾ ਕੁ ਸਾਨੂੰ ਇੱਥੇ ਹੈਗਾ ਉਹ ਅਸੀਂ ਪਰਚੇ 'ਚ ਲਿਖਤਾ ਕਿ ਡਿਫੀਕਲਟੀ ਹੈ ਉਹਨੂੰ ਦਿਖਣ ਵਗੈਰਾ 'ਚੋਂ ਕੰਪਲੇਨ ਕਰ ਰਿਹਾ। ਇਸ ਮਾਮਲੇ ਦੇ ਜ਼ਖਮੀ ਦੀ ਸੁਰੱਖਿਆ ਵਿੱਚ ਤੈਨਾਤ ਜੇਲ੍ਹ ਕਰਮਚਾਰੀ ਹਵਾਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਕੈਦੀਆਂ ਦੀ ਲੜਾਈ ਵਿੱਚ ਜ਼ਖਮੀ ਗੁਰਮੇਲ ਸਿੰਘ ਨੂੰ ਇਲਾਜ ਲਈ ਲਿਆਂਦਾ ਗਿਆ। ਇਹ ਅੰਦਰ ਕਹਿੰਦੀ ਲੜਾਈ ਝਗੜਾ ਹੋ ਗਿਆ, ਲੜਾਈ ਝਗੜੇ ਦੇ ਵਿੱਚ ਇਹਨਾਂ ਦੇ ਸੱਟਾਂ ਸੁੱਟਾਂ ਲੱਗੀਆਂ, ਅਤੇ ਅੱਜ ਡਾਕਟਰ ਸਾਹਿਬ ਨੇ ਐਮਰਜੈਂਸੀ ਲਾਤੀ ਅਤੇ ਅਸੀਂ ਇਲਾਜ ਲਈ ਉਹਨੂੰ ਲੈ ਕੇ ਆ ਗਏ ਜੀ। ਚੈੱਕ ਵਹਾਂ ਜੀ ਕਰਾ ਰਹੇ ਹਾਂ, ਅਤੇ ਬਾਕੀ ਡਾਕਟਰ ਸਾਹਿਬ ਕਹਿ ਰਹੇ ਸੀਗੇ ਵੀ ਆਪਣੇ ਪਟਿਆਲੇ ਨੂੰ ਰੈਫਰ ਕਰਨਾ ਇਹਨਾਂ ਨੂੰ, ਵੀ ਅੱਖਾਂ ਦਾ ਉਰੇ ਡਾਕਟਰ ਹੈ ਨਹੀਂ ਹੈ। ਅਤੇ ਬਾਕੀ ਦੇਖੋ ਜੀ ਜੋ ਮਤਲਬ ਹੈਗਾ ਜੀ ਅਸੀਂ ਇਲਾਜ ਇਹਦਾ ਕਰਾ ਰਹੇ ਹਾਂ। ਹਾਂਜੀ ਅੱਖ 'ਚ ਹੀ ਦੱਸ ਰਿਹਾ ਸੱਟ ਵੀ, ਅੱਖ 'ਤੇ ਜ਼ਿਆਦਾ ਕੁਛ ਆਪਣੇ ਇੱਕ ਆਪਣੇ ਸਿਰ ਦੀ ਦੱਸਦਾ ਜੀ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।